ਸਾਬਕਾ ਮੰਤਰੀ ਅਤੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਸੁਪਰੀਮ ਕੋਰਟ ਵੱਲੋਂ 23 ਫਰਵਰੀ ਤੱਕ ਵਧਾਈ ਜਾਣ ਤੇ ਅਕਾਲੀ ਨੇਤਾ ਰਾਣਾ ਪਲਵਿੰਦਰ ਸਿੰਘ ਵੱਲੋਂ ਖੁਸ਼ੀ ਮਨਾਈ ਗਈ। ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਾਸਤੇ ਬਹੁਤ ਵੱਡੀ ਖੁਸ਼ੀ ਦੀ ਖਬਰ ਆਈ ਕਿ ਜੋ ਸਾਡੇ ਮਾਝੇ ਦੇ ਜਰਨੈਲ ਬਿਕਰਮਜੀਤ ਸਿੰਘ ਮਜੀਠਾ ਦੇ ਉੱਤੇ ਇੱਕ ਝੂਠਾ ਪਰਚਾ ਜਿਹੜਾ ਸੀ ਉਹ ਇਲੈਕਸ਼ਨ ਨੂੰ ਤਾਰ ਪੀਡੋ ਕਰਨ ਵਾਸਤੇ ਕੀਤਾ ਸੀ। ਅੱਜ ਉਹਦੇ ਵਿੱਚ ਕੋਰਟ ਨੇ ਸਾਰੀਆਂ ਦਲੀਲਾਂ ਜਿਹੜੀਆਂ ਦੋਵਾਂ ਪੱਖਾਂ ਦੀਆਂ ਸੁਣ ਕੇ ਤੇ ਮਜੀਠਾ ਸਾਹਿਬ ਨੂੰ ਬਹੁਤ ਵੱਡੀ ਰਾਹਤ ਦਿੱਤੀ ਆ। ਇਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਜਿੰਨੇ ਵੀ ਦਰਜਾ ਬਦਰਜਾ ਤੇ ਪੰਜਾਬ ਦਾ ਜਿੰਨਾ ਜੂਥ ਆ ਉਹਨਾਂ ਦੇ ਵਿੱਚ ਬਹੁਤ ਭਾਰੀ ਖੁਸ਼ੀ ਆ। ਤੁਸੀਂ ਵੇਖ ਸਕਦੇ ਹੋ ਅੱਜ ਸਮਾਂ ਜੇ ਮਾਝੇ ਦਾ ਜਰਨੈਲ ਸਾਨੂੰ ਮਿਲਿਆ, ਵਿਕਾਸ ਪੁਰਸ਼ ਮਿਲਿਆ ਔਰ ਲੋਕਾਂ ਨੂੰ ਚੰਗੀ ਦਿਸ਼ਾ ਨਿਰਦੇਸ਼ ਦੇਣ ਵਾਲਾ ਜਿਹੜਾ ਸਾਨੂੰ ਆਗੂ ਮਿਲਿਆ ਉਹਦੀ ਸੋਚ 'ਤੇ ਪਹਿਰਾ ਦਿੰਦੇ ਹਾਂ। 20 ਫਰਵਰੀ ਨੂੰ ਚੋਣ ਨਿਸ਼ਾਨ ਤੱਕੜੀ ਦੇ ਜਿਹੜੇ ਅਕਾਲੀ ਦੇ ਬਸਪਾ ਦਲ ਦੇ ਸਾਂਝੇ ਉਮੀਦਵਾਰ ਆ ਉਹਨੂੰ ਇਸ ਹਲਕੇ ਤੋਂ ਕਾਮਯਾਬ ਕਰਕੇ ਤੇ ਜਿਹੜਾ ਵਿਕਾਸ 18 ਸਾਲਾਂ ਦਾ ਰੁਕਿਆ ਉਹਦੀ ਫੇਰ ਹਨੇਰੀ ਝੁੱਲੇ।